ਪਹਿਲਾ ਕਿਸਾਨ ਅੰਦੋਲਨ ਵਿੱਚ ਟਿੱਕਰੀ ਬਾਰਡਰ ਤੇ ਮੁਫਤ ਮੈਡੀਕਲ ਸੇਵਾਵਾਂ ਦੇ ਕੇ ਨਾਮ ਨਾ ਖੱਟਣ ਵਾਲੇ ਡਾਕਟਰ ਸਵੈਮਾਨ ਹੁਣ ਪੋਲੈਂਡ ਯੂਕਰੇਨ ਦੀ ਸਰਹੱਦ ਤੇ ਜੰਗ ਦੇ ਮੈਦਾਨ ਚੋਂ ਬਚ ਕੇ ਆਏ ਸ਼ਰਨਾਰਥੀਆਂ ਲਈ ਚਲਾਏ ਜਾ ਰਹੇ ਰਾਹਤ ਕਾਰਜਾਂ ਵਿੱਚ ਹਿੱਸਾ ਲੈ ਰਹੇ ਨੇ। ਇਸ ਦੌਰਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈ ਇੱਕ ਵੀਡੀਓ ਵਿੱਚ ਉਹਨਾਂ ਸਭ ਨੂੰ ਇੱਕ ਅਪੀਲ ਕੀਤੀ ਹੈ ਕਿ ਇੱਥੇ ਚਲਾਏ ਜਾ ਰਹੇ ਰਾਹਤ ਕਾਰਜਾਂ ਲਈ ਦਾਨ ਕਰਨ ਵੇਲੇ ਤੱਥਾਂ ਦੀ ਪੜਤਾਲ ਕਰ ਲਈ ਜਾਵੇ, ਕਿਉਂਕਿ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸੇਵਾਵਾਂ ਦੇਣ ਅਤੇ ਲੰਗਰ ਲਾਉਣ ਦੇ ਨਾਂ ਉੱਤੇ ਕੁਝ ਗਲਤ ਲੋਕਾਂ ਵੱਲੋਂ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਰੂਸ ਯੂਕਰੇਨ ਦੀ ਬਾਰਡਰ ਉੱਤੇ ਸੇਵਾ ਨਿਭਾ ਰਹੇ ਇੱਕ ਪੰਜਾਬੀ ਨੌਜਵਾਨ ਨੇ ਦੱਸਿਆ ਕਿ ਗੁਰੂ ਘਰਾਂ ਵਿੱਚ ਵੀ ਕਾਫੀ ਲੋਕਾਂ ਨੇ ਸ਼ਰਨ ਲਈ ਸੀ, ਪਰ ਹੁਣ ਸ਼ਰਨਾਰਥੀ ਜਿਹੜੇ ਨੇ ਉਹ ਆਪੋ ਆਪਣੇ ਟਿਕਾਣਿਆਂ ਤੇ ਜਾ ਚੁੱਕੇ ਨੇ। ਸੋ ਜ਼ਰੂਰੀ ਹੈ ਕਿ ਸੇਵਾ ਲਈ ਮਾਇਆ ਭੇਜਣ ਤੋਂ ਪਹਿਲਾਂ ਪੜਤਾਲ ਕੀਤੀ ਜਾਵੇ ਕਿ ਉੱਥੇ ਵਾਕਈ ਲੋੜ ਹੈ ਤੇ ਕੀ ਸਹਾਇਤਾ ਜਿਹੜੀ ਹੈ ਉਹ ਸੱਚੀ ਲੋੜਵੰਦਾਂ ਤੱਕ ਪਹੁੰਚ ਵੀ ਰਹੀ ਹੈ। ਮੈਂ ਇਸ ਟਾਈਮ ਤੇ ਵਰਸ਼ਾਵਾ ਜਿਹੜਾ ਸਾਡੇ ਗੁਰਦੁਆਰਾ ਸਾਹਿਬ ਨੇ ਉੱਥੇ ਆ, ਔਰ ਤੁਸੀਂ ਕਾਫੀ ਵੀਡੀਓਜ਼ ਆਈ ਥਿੰਕ ਵੇਖੀਆਂ ਹੋਣਗੀਆਂ। ਇੱਥੇ ਕਾਫੀ ਸੇਵਾ ਹੋਈ ਆ ਜਦੋਂ ਵੀ ਇਹ ਯੂਕਰੇਨ ਤੇ ਰਸ਼ੀਆ ਦੇ ਵਿੱਚ ਲੜਾਈ ਲੱਗੀ ਆ। ਆਈ ਥਿੰਕ ਸਾਰੀ ਦੁਨੀਆ ਨੇ ਇਹਨਾਂ ਨੂੰ ਪ੍ਰੇਜ਼ ਕੀਤਾ ਜਿਹੜੇ ਇੱਥੇ ਸਾਡੇ ਨੌਜਵਾਨ ਕੰਮ ਕਰਦੇ ਰਹੇ ਆ, ਔਰ ਐਕਚੁਅਲ ਵਿੱਚ ਜਦੋਂ ਤੁਸੀਂ ਆ ਕੇ ਇੱਥੇ ਲੋਕਲਸ ਨਾਲ ਗੱਲ ਕਰਦੇ ਹੋ ਵੀ ਇਹੋ ਗੱਲ ਦੱਸਦੇ ਆ ਕਿ ਪਹਿਲਾਂ ਗੁਰਦੁਆਰਾ ਸਾਹਿਬ ਇਕੱਲਾ ਹੀ ਖੁੱਲੇ ਗਏ ਸੀ, ਫਿਰ ਜਦੋਂ ਇੱਥੇ ਸੰਗਤ ਜ਼ਿਆਦਾ ਹੋ ਗਈ ਜਿਹੜੀਆਂ ਫੀਮੇਲ ਸੀ ਉਹਨਾਂ ਨੂੰ ਇੱਥੇ ਰੱਖਿਆ ਗਿਆ, ਔਰ ਜਿਹੜੇ ਮੇਲ ਸੀ ਉਹਨਾਂ ਨੂੰ ਮੰਦਰ ਦੇ ਵਿੱਚ। ਇੱਥੇ ਕੁਛ ਤੁਹਾਡੇ ਏਰੀਆ ਤੋਂ ਉਹਨਾਂ ਦਾ ਲੋਕ ਵੀ ਆਏ ਸੀ ਨਾ, ਪੋਸਟਲ ਵਗੈਰਾ ਵੀ ਬੁੱਕ ਵਲੰਟੀਅਰ ਵਜੋਂ ਇਹਦਾ ਬੁੱਕ ਕੀਤਾ ਜਾਂਦਾ ਸੀਗਾ ਜਾਂ ਕਮੇਟੀ ਵੱਲੋਂ। ਕਾਫੀ ਗੁੱਡ ਕੰਮ ਹੋਇਆ, ਪਰ ਪ੍ਰੋਬਲਮ ਕੀ ਹੁੰਦੀ ਆ ਅਕਸਰ ਇਹ ਚੀਜ਼ਾਂ ਦੀ ਪ੍ਰੋਬਲਮ ਪੈ ਜਾਂਦੀ ਆ। ਬਾਈ ਉਹਨਾਂ ਨੇ ਕਿਹਾ ਕਿ ਇੱਕ ਵੀਡੀਓ ਇਹਦੇ ਉੱਪਰ ਜ਼ਰੂਰ ਕਰਨੀ ਚਾਹੀਦੀ, ਔਰ ਮੈਂ ਇਹ ਚੀਜ਼ ਨੂੰ ਸਪੋਰਟ ਵੀ ਕਰਦਾ। ਬਾਈ ਜੀ ਤੁਸੀਂ ਆਪ ਹੀ ਦੱਸ ਦਿਓ ਗੱਲ। ਹਾਂਜੀ, ਜਿਵੇਂ ਸਾਡੇ ਇੱਥੇ ਵਲੰਟੀਅਰ ਨੇ ਸਾਰੇ ਗਰਾਊਂਡ ਲੈਵਲ ਤੇ ਕੰਮ ਕਰਦੇ ਨੇ। ਕੁਛ ਅਸੀਂ ਦੇਖਦੇ ਹਾਂ ਜਾਂ ਬਾਹਰ ਹੋਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿਤੇ ਵੀ ਜੋ ਆਰਗੇਨਾਈਜੇਸ਼ਨਾਂ ਨੇ ਜਿਹੜੀਆਂ ਉਹ ਫੰਡ ਇਕੱਠਾ ਕਰੀ ਜਾ ਰਹੀਆਂ ਨੇ, ਤੇ ਉਹ ਸੋਚ ਸਮਝ ਕੇ ਸੰਗਤ ਪੈਸਾ ਦੇਵੇ। ਅਸੀਂ ਕਹਿੰਦੇ ਹਾਂ ਵੀ ਜਾਂ ਤਾਂ ਗੁਰਦੁਆਰੇ ਦੀ ਕਮੇਟੀ ਹੈ ਇੱਥੇ, ਆਪਣੇ ਬਾਬਾ ਜੀ ਮੇਨ ਅਮਰੀਕ ਸਿੰਘ ਜੀ ਹੈਗੇ ਨੇ ਇੱਥੇ, ਤੇ ਉਹਨਾਂ ਨਾਲ ਕੰਟੈਕਟ ਕਰੋ ਜਾਂ ਇੱਥੇ ਗੁਰਦੁਆਰੇ ਦੀ ਮੈਨੇਜਮੈਂਟ ਆ ਉਹਨਾਂ ਨਾਲ ਕੰਟੈਕਟ ਕਰੋ ਨਾ, ਵੀ ਜੋ ਗਰਾਊਂਡ ਲੈਵਲ ਦੇ ਉੱਤੇ ਜੋ ਕੰਮ ਹੋ ਰਿਹਾ ਉਹ ਸੰਗਤ ਦੇਖੇ ਕਿ ਤਾਂ ਕਿ ਨਾ ਕਿ ਈਵਨ ਕਿ ਮੈਂ ਇੰਟਰਨੈਟ ਦੇ ਉੱਤੇ ਦੇਖੀ ਸੀ, ਮੈਂ ਕਿਸੇ ਆਰਗੇਨਾਈਜੇਸ਼ਨ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿ ਵੀ ਐਕਚੁਅਲ ਦੇ ਵਿੱਚ ਉਹ ਜਿਹੜਾ ਪੈਸਾ ਉਹ ਬਾਹਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਜਿੱਥੇ ਪੈਸਾ ਉਹ ਡੋਨੇਟ ਹੋ ਰਿਹਾ ਉਹ ਐਕਚੁਅਲ ਦੇ ਵਿੱਚ ਉਹ ਪਹੁੰਚ ਵੀ ਰਿਹਾ ਇੱਥੇ ਜਾਂ ਨਹੀਂ। ਗੁਰਦੁਆਰਾ ਸਾਰਾ ਖਾਲੀ ਹੈ, ਸਾਰੀ ਸੰਗਤ ਜਿੰਨੀ ਇੱਥੇ ਆਈ ਸੀਗੀ ਯੂਕਰੇਨ ਤੋਂ ਉਹ ਸਾਰੀ ਆਪੋ ਆਪਣੇ ਡੈਸਟੀਨੇਸ਼ਨਾਂ ਤੇ ਪਹੁੰਚ ਚੁੱਕੀ ਹੈ। ਸਾਡੇ ਵਲੰਟੀਅਰ ਸੀਗੇ ਇੱਥੇ, ਘੱਟੋ ਘੱਟ 10-15 ਗੱਡੀਆਂ ਮੁੰਡੇ ਆਪਣੀ ਪਾਕਟ ਦੇ ਵਿੱਚੋਂ ਪੇ ਕਰਕੇ, ਤੇਲ ਪਾਉਂਦੇ, ਸਾਰੀ ਗਰੋਸਰੀ ਮੈਡੀਕੇਸ਼ਨ ਸਾਰਾ ਕੁਛ ਆਪਣੀ ਪਾਕਟ ਦੇ ਵਿੱਚੋਂ ਪੇ ਕਰਕੇ ਸਾਰੀ ਉਹ ਸੰਗਤ ਦੀ ਸੇਵਾ ਕਰਦੇ ਸਨ। ਤੇ ਬਾਹਰੋਂ ਕੋਈ ਇਸ ਤਰ੍ਹਾਂ ਦਾ ਨੀਗਾ ਵੀ ਸਾਨੂੰ ਜਾਂ ਕੋਈ ਇਹਨਾਂ ਸਾਡੇ ਵਲੰਟੀਅਰਸ ਨੂੰ 15-15, 20-20 ਦਿਨ ਹੋ ਗਏ ਉਹਨਾਂ ਨੂੰ ਸਾਡੇ ਕੰਮ ਛੱਡੇ ਹੋਏ, ਤੇ ਤਕਰੀਬਨ ਅੱਜ ਵੀ ਕੰਮ ਤੇ ਨਹੀਂ ਹੈਗੇ ਅਸੀਂ, ਤੁਸੀਂ ਦੇਖ ਰਹੇ ਹੋ। ਤੇ ਉਹ ਜੋ ਅਸੀਂ ਸਾਰਾ ਇਹ ਕਹਿਣਾ ਚਾਹੁੰਦੇ ਹਾਂ ਵੀ ਜੋ ਪੈਸਾ ਸੰਗਤ ਬਾਹਰ ਡੋਨੇਟ ਕਰਨਾ ਚਾਹੁੰਦੀ ਆ, ਸੋਚ ਸਮਝ ਕੇ ਕੋਈ ਉਹਨਾਂ ਦਾ ਰਿਲੇਟਿਵ ਹੈ ਕੋਈ ਜੋ ਵੀ ਆ ਉਹਨਾਂ ਵੈਰੀਫਿਕੇਸ਼ਨ ਕਰੋ ਕਿ ਇੱਥੇ ਡਿਮਾਂਡ ਆ ਕੀ ਨਹੀਂ। ਗੁਰਦੁਆਰਾ ਸਾਰਾ ਖਾਲੀ ਹੋ ਚੁੱਕਿਆ ਬਾਰਡਰ ਦੇ ਉੱਤੇ ਆਲਮੋਸਟ। ਬਿਊਰੋ ਰਿਪੋਰਟ, ਦਾ ਖਾਲਸ ਟੀਵੀ।